ਪੰਜਾਬ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀ ਬਿਜਲੀ ਚੋਰੀ ਸੰਬੰਧੀ ਆਪਣੀ ਪੇਟ ਥਾਪੜਦੇ ਅਕਸਰ ਹੀ ਨਜ਼ਰ ਆਉਂਦੇ ਰਹਿੰਦੇ ਹਨ, ਪਰ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ। ਮਖੂ ਬਲਾਕ ਦੇ ਅਧੀਨ ਪੈਂਦੇ ਪਿੰਡ ਸੂਦਾਂ ਦੇ ਬਲਜਿੰਦਰ ਸਿੰਘ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਨਿਰਮਲ ਸਿੰਘ ਨਾਮੇ ਵਿਅਕਤੀ ਆਪਣੇ ਖੇਤ ਵਿੱਚ ਨਜਾਇਜ਼ ਮੋਟਰ ਚਲਾ ਰਿਹਾ ਹੈ, ਜਿਸ ਸੰਬੰਧੀ ਉਹ ਬਿਜਲੀ ਵਿਭਾਗ ਨੂੰ ਕਾਫੀ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਇਸ ਸੰਬੰਧੀ ਬਿਜਲੀ ਵਿਭਾਗ ਵੱਲੋਂ ਕੋਈ ਵੀ ਠੋਸ ਕਾਰਵਾਈ ਹੁਣ ਤੱਕ ਨਹੀਂ ਹੋਈ। ਜਦੋਂ ਅਸੀਂ ਇਸ ਸੰਬੰਧੀ ਮਖੂ ਬਿਜਲੀ ਘਰ ਦੇ ਅਧਿਕਾਰੀ SDO ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ, ਪਰ ਸੰਬੰਧਿਤ ਥਾਣੇ ਦੇ ਅਧਿਕਾਰੀ ਉਹਨਾਂ ਦੇ ਨਾਲ ਕਨੈਕਸ਼ਨ ਨੂੰ ਲਾਉਣ ਵਾਸਤੇ ਨਹੀਂ ਜਾ ਰਹੇ। ਉਹਨਾਂ ਦੇ ਕਹਿਣ ਮੁਤਾਬਕ ਉਹ ਦੋ ਵਾਰੀ ਸੰਬੰਧਿਤ ਥਾਣੇ ਨੂੰ ਲਿਖਤੀ ਤੌਰ 'ਤੇ ਅਰਜ਼ੀ ਲਿਖ ਕੇ ਮਦਦ ਦੀ ਮੰਗ ਸੰਬੰਧੀ ਲਿਖ ਚੁੱਕੇ ਹਨ, ਪਰ ਉਹਨਾਂ ਦੀ ਇਸ ਗੱਲ 'ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਇਸ ਸੰਬੰਧੀ ਜਦੋਂ ਅਸੀਂ ਦੂਜੀ 'ਤੇ ਨਿਰਮਲ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ। ਹੁਣ ਇਸ ਪੂਰੇ ਮਾਮਲੇ ਵਿੱਚ ਕਾਰਵਾਈ ਨਾ ਹੋਣ ਦਾ ਕੀ ਕਾਰਨ, ਸਿਆਸੀ ਦਬਾਅ ਹੈ ਜਾਂ ਫਿਰ ਕੁਝ ਹੋਰ ਹੈ, ਇਹ ਸਾਰਾ ਮਾਮਲਾ ਛਾਣਬੀਨ ਦਾ ਵਿਸ਼ਾ ਹੈ। ਜੀ, ਮੈਂ ਬਲਵਿੰਦਰ ਸਿੰਘ ਸਾਨਾ ਫਰੂਰ ਸਿੰਘ, ਪਿੰਡ ਸੂਦਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਮੈਂ ਆਪਣੇ ਰਿਸ਼ਤੇਦਾਰ ਸੁਖਚੈਨ ਸਿੰਘ ਸਾਨਾ ਆਫ ਲਾਲ ਸਿੰਘ ਸਾਨਾ ਆਫ ਮੱਖਣ ਸਿੰਘ ਤਲਵੰਡੀ ਜੱਲੇ ਖਾਂ ਨੂੰ ਪੈਲੀ ਲੈ ਕੇ ਦਿੱਤੀ ਸੀ ਅਤੇ ਬਿਆਨਾ ਆਇਆ ਸੀ, ਬਿਆਨੇ ਤੋਂ ਇਹ ਨਮੁੱਕਰ ਹੋ ਗਿਆ। ਕਿੰਨਾ ਨੂੰ ਪੈਲੀ, ਕਿੰਨਾ ਤੋਂ ਲੈ ਕੇ ਦਿੱਤੀ ਸੀ ਪੈਲੀ? ਨਿਰਮਲ ਸਿੰਘ ਸਾਨਾ ਆਫ ਗੁਰਮਤ ਸਿੰਘ। ਕਿੰਨੇ ਦਾ ਬਿਆਨਾ ਹੋਇਆ ਸੀ ਤੁਹਾਡਾ? 2,58,500 ਦੇ ਹਿਸਾਬ ਨਾਲ ਬਿਆਨਾ ਸਾਡਾ ਹੋਇਆ ਸੀ। ਕਿਹੜੇ ਸਾਲ ਦੇ ਵਿੱਚ? 2003 ਦੇ ਵਿੱਚ। ਉਸ ਤੋਂ ਬਾਅਦ ਇਹ ਮੁੱਕਰ ਗਏ ਜੇ ਬਿਆਨੇ ਤੋਂ? ਨਮੁੱਕਰ ਹੋ ਗਏ। ਤੁਸੀਂ ਅਗਲੀ ਕਾਰਵਾਈ ਫਿਰ ਕੀ ਕੀਤੀ? ਅਸੀਂ ਅਗਲੀ ਕਾਰਵਾਈ ਜੀਰੇ ਦਾਅਵਾ ਕੀਤਾ ਬਿਆਨੇ ਦਾ, ਕੋਰਟ ਕੇਸ ਕੀਤਾ, ਉਹ ਜੀਰੇ ਤੋਂ ਅਸੀਂ ਜਿੱਤ ਕੇ ਸਾਡੇ ਪੈਸੇ ਜਮ੍ਹਾਂ ਹੋ ਗਏ। ਇਸ ਨੇ ਅਪੀਲ, ਨਿਰਮਲ ਸਿੰਘ ਨੇ ਅਪੀਲ ਕੀਤੀ ਫਿਰੋਜ਼ਪੁਰ, ਫਿਰੋਜ਼ਪੁਰ ਉਹ ਅਸੀਂ ਜਿੱਤ ਗਏ। ਹੁਣ ਜਿਹੜਾ ਕੇਸ ਚੰਡੀਗੜ੍ਹ ਹਾਈ ਕੋਰਟ ਮੌਜੂਦ ਹੈ, ਉਸ ਜ਼ਮੀਨ ਦੇ ਵਿੱਚ ਇਹ ਮੋਟਰ ਲਗਾਉਣ ਲੱਗਾ, ਅਸੀਂ ਜੀਰੇ ਜਾ ਕੇ ਸਟੇਅ ਲੈ ਲਿਆ ਵੀ ਮੋਟਰ ਨਹੀਂ ਲਵਾ ਸਕਦਾ। 6/6/2018 ਨੂੰ ਸਾਨੂੰ ਸਟੇਅ ਹੋ ਗਿਆ ਅਤੇ 7/6 ਨੂੰ SDO ਮੱਖੂ ਨੂੰ ਦਰਜ ਕਰਾਤਾ। ਉਸ ਤੋਂ ਬਾਅਦ ਇਹਨੇ 2 ਖੰਭੇ, 1 ਟਰਾਂਸਫਾਰਮਰ ਲਿਆ ਕੇ ਨਜਾਇਜ਼ ਤੌਰ 'ਤੇ ਮੋਟਰ ਲਾ ਕੇ ਚਲਾਈ ਬੈਠਾ। ਅਸੀਂ ਕਈ ਵਾਰ RTI ਰਾਹੀਂ ਵੀ ਕੁਛ ਕਾਗਜ਼ ਪੱਤਰ ਲੈ ਚੁੱਕੇ ਹਾਂ, ਇਹਦੇ ਕੋਲ ਨਾ ਤਾਂ ਕਨੈਕਸ਼ਨ ਹੈ, ਨਾ ਸਕਿਉਰਟੀ ਹੈ, ਨਾ ਕੋਈ ਸ਼ੈਵ ਨਹੀਂ ਹੈਗੀ। ਅਤੇ ਇਸ ਟਾਈਮ ਵੀ ਮੋਟਰ 1 ਸਾਲ ਹੋ ਗਿਆ ਚੱਲਦੇ ਨੂੰ। ਉਹ ਇਸ ਗੱਲ ਨੂੰ ਕਹਿੰਦੇ ਆ ਵੀ ਪੁਲਿਸ ਸਾਡੇ ਨਾਲ ਨਹੀਂ ਜਾਂਦੀ। ਤੁਸੀਂ ਉਹਨਾਂ ਨੂੰ ਕਹਿੰਦੇ ਨੇ ਕਿ ਜਦੋਂ ਤੁਹਾਡੀ ਕਾਰਵਾਈ ਬਣਦੀ ਹੈ, ਨਜਾਇਜ਼ ਮੋਟਰ ਚੱਲ ਰਹੀ, ਫੜਦੇ ਕਿਉਂ ਨਹੀਂ ਤੁਸੀਂ? ਉਸਨੂੰ ਹੋਰ ਆਪਣੇ ਸੀਨੀਅਰ ਅਫਸਰ ਨੂੰ ਨਾਲ ਲਓ ਕਰੋ। ਉਹ ਕਹਿੰਦਾ ਪੁਲਿਸ ਨਹੀਂ ਸਾਡੇ ਨਾਲ ਜਾਂਦੀ, ਨਾ ਸਾਨੂੰ ਕੋਈ ਕਾਗਜ਼ ਪੱਤਰ ਦਿੰਦਾ ਵੀ ਕੀ ਮੈਂ ਰਿਪੋਰਟ ਦਿੱਤੀ। ਅਸੀਂ ਆਖਿਆ ਵੀ ਸਾਨੂੰ ਦੇ, ਅਸੀਂ SSP 'ਤੇ ਪੇਸ਼ ਹੋਈਏ, ਅੱਗੇ ਪੇਸ਼ ਹੋਈਏ ਜੇ ਨਹੀਂ ਜਾਂਦੀ। SDO ਵੀ ਸਾਨੂੰ ਕੋਈ ਕਾਗਜ਼ ਪੱਤਰ ਪੁਲਿਸ ਦੇ ਵਰਕ ਜੋ ਦਰਖਾਸਤ ਦਿੱਤੀ ਉਹ ਨਹੀਂ ਦੇ ਰਿਹਾ। ਅਤੇ ਤੁਸੀਂ ਉਹਨਾਂ ਨੂੰ ਕਦੇ ਇਹ ਸਵਾਲ ਨਹੀਂ ਕੀਤਾ ਕਿ ਜੇਕਰ ਮੋਟਰ ਦਾ ਕਨੈਕਸ਼ਨ ਨਹੀਂ ਹੈ ਅਤੇ ਉਹਨਾਂ ਕੋਲ ਟਰਾਂਸਫਾਰਮ ਜਾਂ ਖੰਭੇ ਹੋਰ ਬਿਜਲੀ ਸਰਾਂ, ਉਹ ਕਿੱਥੋਂ ਮਿਲਿਆ ਉਹਨਾਂ ਨੂੰ? ਉਹ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਿੱਥੋਂ, ਕਦੇ ਕਹਿੰਦੇ ਤਰਨ ਤਰਨ ਨੂੰ ਲਿਆ 2 ਖੰਭੇ, ਅਤੇ ਅਸੀਂ ਤਾਂ ਕਹਿੰਦੇ ਵੀ ਮਹਿਕਮੇ ਨੇ ਇਹਨਾਂ ਨੇ ਦਿੱਤਾ ਵੀ 2 ਖੰਭੇ ਦਾ ਟਰਾਂਸਫਾਰਮਰ ਕਿੱਥੋਂ ਆ ਸਕਦਾ, ਇਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਕਿੱਥੋਂ ਆ ਸਕਦਾ? ਕੀ ਤੁਸੀਂ ਸੀਨੀਅਰ ਪ੍ਰਸ਼ਾਸਨ ਨੂੰ ਮੀਡੀਆ ਰਾਹੀਂ ਕੀ ਗੁਹਾਰ ਲਾਉਣੀ ਚਾਹੋਗੇ ਵੀ ਸਾਨੂੰ ਇਨਸਾਫ਼ ਦਵਾਇਆ ਜਾਵੇ ਅਤੇ ਜਿਹਦੀ ਜਿਹੜੀ ਇਹਦੀ ਨਜਾਇਜ਼ ਮੋਟਰ ਚੱਲਦੀ ਹੈ
ਉਹ ਪੱਟੀ ਜਾਵੇ, ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੇ 'ਤੇ। ਜੋ ਕਿੰਨਾ ਚਿਰ ਹੋ ਗਿਆ ਮੋਟਰਸਾਈਕਲ ਦੇ ਨੂੰ? 1 ਸਾਲ ਹੋ ਗਿਆ, 6 ਤੋਂ ਲੈ ਕੇ 1 ਸਾਲ ਤੋਂ ਉੱਪਰ ਹੋ ਗਿਆ। ਅਤੇ ਸਾਲ ਦੇ ਵਿੱਚ ਕੋਈ ਛਾਪਾ ਨਹੀਂ ਵੱਜਿਆ ਜਾਂ ਕੁਛ ਇਸ ਤਰ੍ਹਾਂ ਦੇ ਕੋਈ ਛਾਪਾ? ਇੱਕ ਜਿਹੜੇ ਫਲੈਕਸ ਕਾਰਡ ਉਹਦੇ 'ਤੇ ਮਾਰੇ, ਉਹਨਾਂ ਵੀ ਕੋਈ ਕਾਰਵਾਈ ਨਹੀਂ ਕੀਤੀ, ਆਏ ਹੈਗੇ ਆ। ਅਤੇ ਦੂਜਾ ਐਸ ਡੀ ਓ ਨੂੰ ਤਾਂ ਪਤਾ ਨਹੀਂ ਕਿੰਨੀ ਵਾਰ ਮਿਲ ਚੁੱਕੇ ਹਾਂ, ਫਿਰੋਜ਼ਪੁਰ ਵੀ ਬੜੀ ਵਾਰ ਮਿਲ ਚੁੱਕੇ ਹਾਂ, ਜੀਰੇ ਵੀ ਮਿਲ ਚੁੱਕੇ ਹਾਂ, ਪਰ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ। ਐਸ ਡੀ ਓ ਕੋਈ ਤੁਹਾਨੂੰ ਭਰੋਸਾ ਦਵਾਉਂਦਾ ਤੁਹਾਨੂੰ ਕੋਈ? ਉਹ ਐਸ ਡੀ ਓ ਕਹਿੰਦਾ ਵੀ ਮੈਂ ਤਾਂ 2 ਵਾਰੀ ਲਿਖ ਕੇ ਦਿੱਤਾ ਵੀ 2 ਵਾਰੀ ਤੁਹਾਡੇ ਸਾਹਮਣੇ ਗਿਆ, ਇਹ ਟਾਲ ਮਟੋਲ ਕਰਕੇ ਪਤਾ ਨਹੀਂ ਮੁੜ ਆਉਂਦਾ, ਪਤਾ ਨਹੀਂ ਕਿਸ ਤਰ੍ਹਾਂ ਵੀ ਉਹ ਦੂਜਾ ਕੀ ਕਰਨ ਲੱਗਦਾ, ਕਿਉਂ ਕਾਰਵਾਈ ਕਿਉਂ ਨਹੀਂ ਹੁੰਦੀ ਇਹਦੇ? ਇਹ ਤਾਂ ਐਸ ਡੀ ਓ ਨੂੰ ਪਤਾ ਵੀ ਕਿਉਂ ਨਹੀਂ ਹੁੰਦੀ। ਤਪਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਹਾਣਾ।